ਹਾਂਜੀ ਸਵਾਗਤ ਹੈ ਪੁੱਤਰ ਜੀ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਪਾਰਟ 2 ਆ ਰੀਡਿੰਗ ਕੰਪਰੀਹੈਂਸਨ ਸੈਂਥਸਿਸ ਦਾ ਪਹਿਲੇ ਪਾਰਟ ਦੇ ਵਿੱਚ ਅਸੀਂ ਜਿਹੜੀ ਪਲੱਸ 1 ਕਲਾਸ ਦੀ ਵਰਕ ਬੁੱਕ ਆ ਉਹਦੇ 1 ਤੋਂ ਲੈ ਕੇ 10 ਪੇਜਾਂ ਤੱਕ ਤੇ ਜਿੰਨੇ ਵੀ ਰੀਡਿੰਗ ਕੰਪਰੀਹੈਂਸਨ ਸੀਗੇ 4 ਸੀਗੇ ਉਹ ਚਾਰੋਂ ਅਸੀਂ ਸੋਲਵ ਕਰ ਲਏ ਸੀ ਤੇ ਉਹਨਾਂ ਦੇ ਆਨਸਰ ਤੁਹਾਨੂੰ ਪ੍ਰੋਵਾਈਡ ਕਰਾ ਦਿੱਤੇ ਸੀ ਤੇ ਅੱਜ ਦੀ ਵੀਡੀਓ ਦੇ ਵਿੱਚ ਉਸ ਤੋਂ ਅੱਗੇ ਚੱਲਦੇ ਆਂ ਆਪਾਂ 11 ਪੇਜ ਤੋਂ ਲੈ ਕੇ 18 ਪੇਜ ਤੱਕ ਚਾਰ ਪੈਸੇਜ ਹੋਰ ਨੇ ਉਹ ਚਾਰਾ ਪੈਸੇਜਸ ਨੂੰ ਇੱਥੇ ਅਸੀਂ ਸੋਲਵ ਕਰਾਂਗੇ ਵੀਡੀਓ ਕਲਾਸ ਪਲੱਸ 1 ਔਰ ਪਲੱਸ 2 ਦੋਨਾਂ ਕਲਾਸਾਂ ਲਈ ਆ ਕਿਉਂਕਿ ਜਿਹੜੇ ਰੀਡਿੰਗ ਪੈਸੇਜ ਹੁੰਦੇ ਨੇ ਪਤਾ ਜਨਰਲ ਹੁੰਦੇ ਨੇ ਇਹ ਕਿਸੇ ਵੀ ਕਲਾਸ ਨੂੰ ਆ ਸਕਦੇ ਆ ਪਲੱਸ 1 ਦੀ ਜਿਹੜਾ ਵਰਕਬੁੱਕ ਚੋਂ ਪਲੱਸ 2 ਨੂੰ ਵੀ ਆ ਸਕਦਾ ਔਰ ਪਲੱਸ 2 ਦੀ ਵਰਕਬੁੱਕ ਚੋਂ ਜਿਹੜਾ ਪਲੱਸ 1 ਨੂੰ ਵੀ ਆ ਸਕਦਾ ਸੋ ਜ਼ਰੂਰੀ ਆ ਕਿ ਦੋਨੋਂ ਕਲਾਸਾਂ ਦੇ ਬੱਚੇ ਇਸ ਨੂੰ ਜ਼ਰੂਰ ਵੇਖ ਲੈਣ ਬੇਟਾ ਸੋ ਕਰਦੇ ਆਪਾਂ ਸ਼ੁਰੂ ਅੱਜ ਦੀ ਵੀਡੀਓ ਚਲੋ ਜੀ ਦੇਖੋ ਫਰਸਟ ਪੈਸੇਜ ਕਿਹੜਾ ਆ there are many reasons to use alternative energy sources so ਪੈਰਾ ਕਾਦੇ ਬਾਰੇ ਆਲਟਰਨੇਟਿਵ એનર્ਜੀ ਸੋਰਸਸ ਦੇ ਬਾਰੇ ਦੇ ਵਿੱਚ ਆ ਸਾਰਾ ਪੈਰਾ ਪੜਾਂਗੇ ਨਹੀਂ ਮੈਂ ਇੱਥੇ ਟਾਈਮ ਬਹੁਤ ਕੰਜ਼ੂਮ ਹੋਊਗਾ ਮੈਂ ਸਿਰਫ ਆਪਾਂ ਕੁਐਸਚਨ ਡਿਸਕਸ ਕਰਾਂਗੇ ਤੇ ਉਹਨਾਂ ਦੇ ਆਨਸਰ ਦੇਖਾਂਗੇ ਪੈਰੇ ਦੇ ਵਿੱਚ ਕਿੱਥੇ ਨੇ ਠੀਕ ਹੈ ਸੋ ਚਲੋ ਹੁਣ ਆਪਾਂ ਕੁਐਸਚਨਸ ਵੱਲ ਚੱਲਦੇ ਆ ਤੁਹਾਨੂੰ ਇੱਕ ਗੱਲ ਹੋਰ ਦੱਸ ਦਿਆਂ ਇਹ ਜਿਹੜਾ ਪੈਸੇਜ ਹੈ ਇਹ ਤੁਹਾਡੇ ਸੈਂਪਲ ਪੇਪਰ ਦੇ ਵਿੱਚ ਵੀ ਆਇਆ ਹੋਇਆਗਾ ਇਹ ਚਾਰ ਪੈਸੇਜ ਕਰਨ ਜਾ ਰਹੇ ਆ ਆਪਾਂ ਜਿਹੜੇ ਦੋ ਪੈਸੇਜ ਨੇ ਜਿਹੜੇ ਸਿੰਪਲ ਪੇਪਰਾਂ ਦੇ ਵਿੱਚ ਆਏ ਹੋਏ ਨੇ ਸੋ ਵਿਚ ਆਫ ਦਾ ਫੋਲੋਇੰਗ ਇਜ਼ ਅ ਰੀਜ਼ਨ ਟੂ ਯੂਜ਼ ਆਲਟਰਨੇਟਿਵ એનર્ਜੀ ਰਿਸੋਰਸਸ ਠੀਕ ਆ ਹੁਣ ਦੇਖੋ ਸਾਨੂੰ ਆਪਸ਼ਨ ਆ ਕਿ ਡਿਰੀਡਿਊਸ ਪੋਲੂਸ਼ਨ ਟੂ ਰਿਡਿਊਸ ਗ੍ਰੀਨ ਹਾਊਸ ਗੈਸਸਿਸ ਸੀ ਹੈ ਬੋਥ ਏ ਐਂਡ ਵੀ ਡੀ ਕੀ ਕਹਿ ਰਿਹਾ ਨਨ ਆਫ ਥੀਸ ਸੋ ਦੇਖੋ ਹੁਣ ਪਹਿਲੀਆਂ ਦੋ ਲਾਈਨਾਂ ਚ ਤੁਹਾਨੂੰ ਇਹਦਾ ਆਨਸਰ ਮਿਲ ਜਾਣਾ ਫਰਸਟ ਲਾਈਨ ਚ ਪਿਆ ਦਾ ਵਨ ਰੀਜ਼ਨ ਇਜ਼ ਟੂ ਰਿਡਿਊਸ ਪਲੂਟੈਂਟਸ ਐਂਡ ਗ੍ਰੀਨ ਹਾਊਸ ਗੈਸਸਿਜ਼ ਪਲੂਟੈਂਟ ਕੀ ਹੁੰਦੇ ਨੇ ਬੁੱਤ ਪਦਾਰਥੋ ਜਿਹੜੇ ਪੋਲਿਊਸ਼ਨ ਫਲਾਉਂਦੇ ਨੇ ਸੋ ਗ੍ਰੀਨ ਹਾਊਸ ਦੋਨੋਂ ਚੀਜ਼ਾਂ ਪਈਆਂ ਨੇ ਸੋ ਇਹਦਾ ਆਨਸਰ ਬੇਟਾ ਸੀ ਆ ਏ ਐਂਡ ਵੀ ਠੀਕ ਸੋ ਹੁਣ ਸੈਕੰਡ ਕੁਐਸਚਨ ਆਲਟਰਨੇਟਿਵ એનર્ਜੀ ਰਿਸੋਰਸਸ ਇਨਕਲੂਡ ਕਿਹੜੀਆਂ ਕਿਹੜੀਆਂ ਉਹਦੇ ਵਿੱਚ ਜਿਹੜੀਆਂ ਚੀਜ਼ਾਂ ਨੇ ਤੇ ਦਿੱਤੀਆਂ ਹੋਈਆਂ ਨੇ ਵੈਂਟ ਪਾਵਰ ਸੋਲਰ ਪਾਵਰ ਥਰਮਲ ਪਾਵਰ ਬੋਥ ਏ ਐਂਡ ਵੀ ਉਹਨੋਂ ਦੇ ਲਈ ਸਾਨੂੰ ਇੱਧਰ ਜਾਣਾ ਪਊ ਤੇ ਸਾਨੂੰ ਚੈੱਕ ਕਰਨਾ ਪਊ ਕਿੱਥੇ ਲਿਖਿਆ ਹੋਇਆ ਹੈ ਵਾਲਾ ਪਹਿਰੇ ਸਕੈਮ ਰੀਡਿੰਗ ਕਰੋ ਦੇਖੋ ਆ ਪਿਆ ਅਗਰ ਤੁਹਾਨੂੰ ਦਿਖ ਰਿਹਾ ਹੋਵੇ ਬਿਨ ਪਾਵਰ ਵੀ ਲਿਖਿਆ ਸੋਲਰ ਵੀ ਲਿਖਿਆ ਕਿਤੇ ਵੀ ਥਰਮਲ ਵਾਲਾ ਨਹੀਂ ਜ਼ਿਕਰ ਕੀਤਾ ਸੋ ਇਹਦਾ ਵੀ ਆਨਸਰ ਕੀ ਹੈ ਬੇਟਾ ਬੋਥ ਏ ਐਂਡ ਵੀ ਯਾਨੀ ਕਿ ਡੀ ਆਨਸਰ ਹੈ ਇਹਦਾ ਠੀਕ ਥਰਡ ਕੁਐਸਚਨ ਦਾ ਮੇਨ ਐਡਵਾਂਟੇਜਸ ਆਫ ਸਨਲਾਈਟ ਅਕੋਰਡਿੰਗ ਟੂ ਦਾ ਪੈਸਸ ਇਸ ਆਰ ਕਹਿੰਦੇ ਪੈਰੇ ਦੇ ਮੁਤਾਬਕ ਸੂਰਜੀ ਰੋਸ਼ਨੀ ਦੀਆਂ ਮੇਨ ਐਡਵਾਂਟੇਜਸ ਕੀ ਨੇ ਨੋਨ ਪੋਲੂਟਿੰਗ ਰੀਨਿਊਅਬਲ ਚੀਪ ਬੋਥ E ਐਂਡ V ਸੋ ਫਿਰ ਦੇਖਣਾ ਪੈਣਾ ਹੈ ਵੀ ਸਾਨੂੰ ਸਨਲਾਈਟ ਦੀ ਕੀ ਮੇਨ ਐਡਵਾਂਟੇਜਸ ਕੀ ਨੇ ਦੇਖੋ ਫਿਰ ਕਿੱਥੇ ਪਿਆ ਇਹ ਆਨਸਰ ਜਲਦੀ ਦੇ ਨਾਲ ਨਿਗਾਹ ਮਾਰੋ ਤੇ ਆਨਸਰ ਨੂੰ ਕਰੋ ਚੈੱਕ ਬਟਾ ਇਹ ਪਿਆ ਸੈਕਿੰਡੋ ਦੇ ਵਿੱਚ ਲਾਈਨ ਦੇ ਵਿੱਚ ਹੈ ਨਾ ਸੋ ਰਿਨਿਊਅਬਲ ਪਾਵਰ ਸੋਲਰ ਪਾਵਰ ਇਸ दैट ਰਿਨਿਊਅਬਲ ਥੱਲੇ ਵੀ ਇੱਕ ਵਾਰੀ ਇੱਥੇ ਵੀ ਆਇਆ ਹੋਇਆ ਉੱਥੇ ਉੱਪਰ ਵੀ ਆਇਆ ਹੋਇਆ ਉੱਥੇ ਉੱਤੇ ਪੈਨ ਨਾਲ ਆ ਗਿਆ ਸੋ ਦੇਖ ਨਹੀਂ ਰਿਹਾ ਸੋ ਅਸੀਂ ਇੱਧਰ ਇਹਦਾ ਆਨਸਰ ਆ ਬੇਟਾ ਰਿਨਿਊਅਬਲ ਇੱਕ ਮਿੰਟ ਪੈਨ ਲੈ ਲੀਏ ਹਾਂਜੀ ਬੀ ਆਦਾ ਆਨਸਰ ਵੀ ਥਰਡ ਦਾ ਵੀ ਠੀਕ ਹੈ ਹੋ ਗਿਆ ਹੁਣ ਫੋਰਥ ਕੁਐਸਚਨ ਦਾ ਅਲਟਰਨੇਟਿਵ એનર્ਜੀ ਰਿਸੋਰਸਸ ਹੈਲਪ ਟੂ ਡੈਸ਼ ਨੈਚੁਰਲ ਰਿਸੋਰਸਸ ਕੀ ਕਰਨ ਦੇ ਵਿੱਚ ਹੈਲਪ ਕਰਦੇ ਨੇ ਸਾਨੂੰ ਚਾਰ ਆਪਸ਼ਨ ਦਿੱਤੀਆਂ ਨੇ ਯੂਜ਼ ਕਰਨ ਦੇ ਵਿੱਚ ਪ੍ਰੀਜ਼ਰਵ ਕਰਨ ਦੇ ਵਿੱਚ ਐਕਸਪਲੋਇਟ ਕਰਨ ਦੇ ਵਿੱਚ ਰਿਡਿਊਸ ਕਰਨ ਦੇ ਵਿੱਚ ਲਓ ਹੁਣੇ ਫੇਰ ਆਪਾਂ ਪਹਿਰੇ ਵੱਲ ਚੱਲ ਰਹੇ ਹਾਂ ਦੇਖੋ ਕਿੱਥੇ ਇਹਦੀ ਗੱਲ ਹੋ ਰਹੀ ਆ ਹੈਨਾ ਇਹ ਆ ਪਿਆ એનર્ਜੀ ਯੂਜ਼ ਐਂਡ ਹੈਲਪ ਟੂ ਪ੍ਰੀਜ਼ਰਵ ਮੈਨੀ ਉੱਥੇ ਦੋ ਤਿੰਨ ਵਾਰ ਇਹ ਆ ਇੱਥੇ ਉੱਪਰ ਲੈਂਚ ਵੀ ਪਿਆ ਹੈਲਪ ਟੂ ਪ੍ਰੋਟੈਕਟ ਹੈਲਪ ਟੂ ਉੱਪਰਲੇ ਚ ਉਹ ਵੀ ਆਇਆ ਹੋਇਆਗਾ ਇਹ ਮੈਨੂੰ ਹਟਾਵਾ ਤਾਂ ਤੁਸੀਂ ਸੈਕੰਡ ਲਾਈਨ ਚ ਦੇ ਸਕਦੇ ਹੈਲਪ ਟੂ ਰਿਡਿਊਸ ਦਾ ਅਮਾਉਂਟ ਆਫ ਟੌਕਸਿਨਜ਼ ਆ ਬਟ ਸਾਨੂੰ ਉਥੇ એનર્ਜੀ ਰਿਸੋਰਸਸ ਦਾ ਪੁੱਛਿਆ ਤਾਂ ਇਹ ਪ੍ਰੀਜ਼ਰਵ ਆਊਗਾ ਉਹਦੇ ਵਿੱਚ ਬਟਾ ਸੋ ਆਨਸਰ ਕੀ ਆ ਇਹਦਾ ਪ੍ਰੀਜ਼ਰਵ ਪੈਨ ਲੈ ਲਈਏ ਕਿਹੜਾ ਆ ਦੇਖੋ ਬੀ ਬੀ ਤੇ ਲਿਖਿਆ ਹੋਇਆ ਪ੍ਰੀਜ਼ਰਵ ਸੋ ਇਹਦਾ ਆਨਸਰ ਕੀ ਆ ਬਟਾ ਬੀ ਹੁਣ ਅਗਲਾ ਕੁਐਸਚਨ ਇਹਦਾ ਚੂਜ਼ ਦਾ ਸਟੇਟਮੈਂਟ ਵਿਚ ਇਜ਼ ਫਾਲਸ ਅਕੋਰਡਿੰਗ ਟੂ ਦਾ ਅਬਵ ਪੈਸੇਜਸ ਪੈਸੇਜ ਦੇ ਅਕੋਰਡਿੰਗ ਕਿਹੜੀ ਸਟੇਟਮੈਂਟ ਆ ਜਿਹੜੀ ਗਲਤ ਆ ਪਹਿਲੀ ਹੋਈ ਆ ਬਾਕੀ ਸਾਰੀਆਂ ਸਹੀ ਨੇ ਜਿਹੜੀ ਪਾਵਰ ਆ ਬਿੱਲ ਰਨ ਆਊਟ ਵਨ ਡੇ ਇੱਕ ਦਿਨ ਮੁੱਕ ਜੂ ਹਵਾਂ ਨਹੀਂ ਮੁੱਕਦੀ ਸੋ ਇਹ ਰੋਂਗਾ ਇਹ ਇਹ ਆਨਸਰ ਹੈ ਦਾ 6th ਕੁਐਸਚਨ ਆ ਆਲਟਰਨੇਟਿਵ એનર્ਜੀ ਰਿਸੋਰਸਸ ਆ ਆਲਸੋ ਨੋਨ ਐਸ ਹੋਰ ਕਿਹੜੇ ਨਾਮ ਨਾਲ ਅਸੀਂ ਉਹਨੂੰ ਜਾਣਦੇ ਆ ਇਹਦਾ ਪਹਿਲੀ ਲਾਈਨ ਦੇ ਵਿੱਚ ਆਇਆ ਸੀਗਾ ਦੇਖੋ ਰੀਨਿਊਏਬਲ ਸੈਕੰਡ ਲਾਈਨ ਚ ਪਿਆ ਅਲਟਰਨੇਟਿਵ ਔਰ ਰਿਨਿਊਏਬਲ એનર્ਜੀ ਰਿਸੋਰਸਸ ਸੋ ਹੁਣ ਇੱਥੇ ਦੇਖੋ ਰਿਨਿਊਏਬਲ ਹੈਗਾਗਾ ਹਾਂਜੀ ਸੋ ਹੈਗਾਗਾ ਸੋ ਇਹਦਾ ਆਨਸਰ ਆ ਸੀ ਬੇਟਾ ਹੋ ਗਿਆ ਪੰਜਵਾਂ ਤੇ ਛੇਵਾਂ ਵੀ ਲਓ ਜੀ ਸੈਵੰਥ ਫਿਲ ਦਾ ਬਲੈਂਕਸ ਵਿਦ ਦਾ ਸੂਟੇਬਲ ਵਰਡ ਫਰੋਮ ਦਾ ਪੈਸੇਜ ਇਹ ਬਲੈਂਕਸ ਹੁੰਦੀ ਹੈ ਜਿਹੜੀ ਹਮੇਸ਼ਾ ਹੀ ਪੈਰੇ ਨਾਲ ਉਹਦਾ ਰਿਲੇਸ਼ਨ ਘਟ ਹੁੰਦਾਗਾ ਪਰ ਵਰਡ ਆ ਜਿਹੜਾ ਸੀ ਉਹ ਚ ਫਿਲ ਕਰਨਾ ਹੁੰਦਾ ਉਹ ਪੈਰੇ ਚੋ ਹੀ ਕਰਨਾ ਹੁੰਦਾ sunlight can be used efficiently ਆਊਗਾ ਇਹਦੇ ਵਿੱਚ ਵਰਡ ਇਹਨੂੰ ਇਹ ਤੁਹਾਨੂੰ ਨੋਟ ਡਾਊਨ ਕਰ ਲਓ ਧਿਆਨ ਨਾ ਮੜ ਜਾ efficiently to heat food stuff such as rice ਠੀਕ ਹੈ ਅੱਗੇ ਆਗੇ राइट टू ਵਰਡਸ ਫ্রম ਦਾ ਪੈਸੇਜਸ दैट ਐਂਡਸ ਵਿਦ l y ਸੋ l y ਨਾਲ ਐਂਡ ਹੋਣ ਵਾਲੇ ਦੋ ਵਰਡ ਅਸੀਂ ਪੈਰੇ ਦੇ ਵਿੱਚੋਂ ਲਿਖਣੇ ਨੇ ਹਨਾ ਉਹ ਤੁਸੀਂ ਪੈਰੇ ਚੋਂ ਤੁਸੀਂ ਇਹ ਤੁਹਾਨੂੰ ਲੱਭ ਜਾਣੇ ਨੇ currently efficiently ਠੀਕ ਇਹ ਕਹੂੰ ਤਾਂ ਮੈਂ ਤੁਹਾਨੂੰ ਉੱਤੇ ਟਿਕ ਕਰਕੇ ਵੀ ਦਿਖਾ ਦਿੰਨੀ ਆ ਪਹਿਰੇ ਕਿ ਕਿੱਥੇ ਪੈਣੀ ਕੰਰੰਟਲੀ ਦੇਖੋ ਭਾਈ ਉੱਪਰ ਚੌਥੀ ਪੰਜਵੀਂ ਕ ਲੈਨ ਚ ਕੰਰੰਟਲੀ ਪਿਆਗਾ ਹੂੰ ਇਹ ਪਿਆ ਕੰਰੰਟਲੀ ਠੀਕ ਐਫੀਸ਼ੈਂਟਲੀ ਹੁਣ ਦੇਖੋ ਇੱਥੇ ਘਰੋਂ نیچے ਆ ਕੇ ਨੀਚੋਂ ਤੀਜੀ ਚੌਥੀ ਕ ਲੈਨ ਚ ਆ ਪਿਆ ਠੀਕ ਐਫੀਸ਼ੈਂਟਲੀ ਸੋ ਹੁਣ ਅੱਗੇ ਚੱਲਦੇ ਆ ਆਪਾਂ ਅਗਲਾ ਕੁਐਸਚਨ ਕੀ ਸੀ ਸਾਡਾ ਹਾਉ ਵਿਲ ਅਰਥ ਸੇ ਸਟੇ ਹੈਲਦੀ ਕਿਵੇਂ ਅਰਥ ਆ ਜਿਹੜੀ ਹੈਲਦੀ ਰਹਿ ਸਕਦੀ ਹੈ ਹਨਾ ਸੋ ਇਹਦਾ ਆਨਸਰ ਪੈਰੇ ਦੇ ਐਂਡ ਤੇ ਜਾ ਕੇ ਆ ਦੇਖੋ ਸਟੇ ਹੈਲਦੀ ਲਾਸਟ ਲਾਈਨ ਚ ਪਿਆ ਨਾ ਫਿਰ ਹੁਣ ਜਿੱਥੋਂ ਉਹ ਸੈਂਟੈਂਸ ਸਟਾਰਟ ਹੁੰਦਾ ਤੁਸੀਂ ਉੱਥੋਂ ਹੀ ਸਟਾਰਟ ਕਰਨਾ ਇਹ ਇੱਥੋਂ ਸਟਾਰਟ ਹੋ ਰਿਹਾ ਬੀ ਤੋਂ ਵੀ ਸ਼ਲ ਨੀਡ ਟੂ ਬੀ ਇੱਥੋਂ ਲੈ ਕੇ ਐਂਡ ਤੱਕ ਤੁਸੀਂ ਲਿਖੋਗੇ ਤਾਂ ਇਹ ਹੋ ਗਿਆ ਤੁਹਾਡੇ ਇਸ ਕੁਐਸਚਨ ਦਾ ਆਨਸਰ ਕਿੰਨਵਾਂ ਕੁਐਸਚਨ ਸੀ ਇਹ 8ਵਾਂ ਬੇਟਾ ਨਾ 9ਵਾਂ ਸੌਰੀ 9th ਕੁਐਸਚਨ ਸੀ ਇਹ ਤੁਹਾਡਾ ਐਂਡ ਵਾਲੀਆਂ ਲਾਈਨਾਂ ਚ ਪਿਆ ਠੀਕ ਹੈ ਓਕੇ ਚਲੋ ਹੁਣ ਆਪਾਂ ਚੱਲਦੇ ਆ 10th ਕੁਐਸਚਨ ਵਾਲੇ ਦੇ ਆਪੋਜੀਟ ਵਰਡਸ ਲਿਖਨੇ ਨੇ ਰੀਨਿਊਅਬਲ ਤੇ ਐਡਵਾਂਟੇਜ ਦੇ ਉਹ ਮੈਂ ਤੁਹਾਡੇ ਥੱਲੇ ਲਿਖੇ ਹੋਏ ਨੇ ਦੇਖੋ ਨੌਨ ਰੀਨਿਊਅਬਲ ਤੇ ਡਿਸ ਐਡਵਾਂਟੇਜ ਉਹਦੇ ਮੂਰੇ ਐਨ ਓ ਐਨ ਨਾਉਨ ਲਾਉਣਾ ਐਡਵਾਂਟੇਜ ਦੇ ਮੂਰੇ ਡੈਸ਼ ਡੀ ਆਈ ਐਸ ਤੇ ਉਹਦੇ ਬਣ ਜਾਣਗੇ ਆਪੋਜੀਟ ਸੋ ਇਹ ਹੋ ਗਿਆ ਸਾਡਾ ਫਸਟ ਪੈਰਾਗ੍ਰਾਫ ਧਿਆਨ ਨਾਲ ਬਟਾ ਇਹ ਆਇਆ ਹੋਇਆਗਾ ਪੈਰਾ ਠੀਕ ਹੈ ਲਓ ਜੀ ਹੁਣ ਦੂਸਰਾ ਡਿਸਪਲਨ ਇਜ਼ ਸਟੂਡੈਂਟ ਲਾਈ ਡਿਸਪਲਨ ਇਨ ਸਟੂਡੈਂਟ ਲਾਈਫ ਇਜ਼ ਐਨ ਆਰਟ ਆਫ ਅਬੇਇੰਗ ਸਰਟਨ ਸੈਟ ਆਫ ਰੂਲਸ ਥੈਟ ਹੈਲਪਸ ਅਸ ਟੂ ਲਿਵ ਆਰ ਲਾਈਫ ਆਫ ਆਰਡਰ ਸੋ ਹੁਣ ਇਹ ਦੇ ਬਾਰੇ ਡਿਸਪਲਨ ਬਾਰੇ ਆ ਪਿਛਲੇ ਉਹਦੇ ਵੀਡੀਓ ਚ ਵੀ ਸੀ ਡਿਸਪਲਨ ਬਾਰੇ ਬਾਰੇ ਡਿਫਰੈਂਟ ਆ ਜੀ ਹੁਣ ਇਹਦੇ ਕੁਐਸਚਨਸ ਦੇਖਦੇ ਆਪਾਂ ਹਾਂਜੀ ਸੋ ਦੇਖਦੇ ਆਪਾਂ ਇਹਦਾ ਫਰਸਟ ਕੁਐਸਚਨ ਹੁਣ ਵਾਟ ਹੈਪਨ ਵਿਦਆਊਟ ਡਿਸਪਲਨ ਅਗਰ ਡਿਸਪਲਨ ਨਹੀਂ ਹੈਗਾ ਤਾਂ ਕੀ ਹੋਊਗਾ ਹੈਨਾ ਸੋ ਫਿਰ ਇਹਦਾ ਥਰਡ ਲਾਈਨ ਦੇ ਵਿੱਚ ਤੁਹਾਨੂੰ ਆਨਸਰ ਮਿਲ ਜਾਣਾਗਾ ਫਿਓਸਸ ਐਂਡ ਅਨਰੂਲਨੈਸ ਹੈਨਾ ਸੋ ਦੋਨੋਂ ਇੱਥੇ ਆਪਸ਼ਨਸ ਦਿੱਤੀਆਂ ਹੋਈਆਂ ਨੇ ਇਹਦਾ ਮਤਲਬ ਇੱਥੇ ਥਰਡ ਆ ਗਈ ਸੀ ਹੈਨਾ ਇਹਦਾ ਆਪਸ਼ਨ ਆਊ ਏ ਐਂਡ ਬੀ ਬੋਥ ਹੁਣ ਸੈਕੰਡ ਕੁਐਸਚਨ ਦੇਖੋ ਬੇਟੇ ਦਾ ਨੇਮ ਦਾ ਡਿਫਰੈਂਟ ਫਾਰਮਸ ਆਫ ਇਨਡਿਸਪਲਨ ਇਨਡਿਸਪਲਨ ਦੀਆਂ ਵੱਖ-ਵੱਖ ਇਹ ਰਿਫਾਰਮਸ ਨੇ ਕਿਹੜੀਆਂ ਨੇ ਨਹੀਂ ਵੀ ਦੇਖੋ ਤੁਸੀਂ ਸਾਰੇ ਆਪਸ਼ਨਾਂ ਦਿੱਤੀਆਂ ਹੋਈਆਂ ਨੇ ਸਾਰੀਆਂ ਸਹੀ ਨੇ ਜੇ ਤੁਸੀਂ ਉਧਰ ਚੱਲੀ ਆਪਾਂ ਦੇਖੀਏ ਤਾਂ 올 ਦਾ 올 ਆਫ ਥੀਜ਼ ਆ ਨਾ ਪੈਰੇ ਦੇ ਵਿੱਚ ਤੁਸੀਂ ਦੇਖੋ ਨਾ ਚਾਰੋਂ ਦਾ ਜ਼ਿਕਰ ਕੀਤਾ ਹੋਇਆਗਾ ਸੋ ਇਸ ਕਰਕੇ ਕਿੱਥੇ ਕੀਤਾ ਹੋਇਆ ਵੀ ਤੁਸੀਂ ਦੇਖ ਸਕਦੇ ਹੋ ਇਹ ਭਈਆਂ ਨੇ ਰੂਟੀਨ ਨੌਨਸੈਂਸ ਨਾ ਇੱਥੇ ਸੀਰੀਅਸਨੈਸ ਦੀ ਜਗ੍ਹਾ ਨੌਨ ਸੀਰੀਅਸਨੈਸ ਹੋਣਾ ਸੀ ਸੋ ਚਾਰੋਂ ਹੀ ਨੇ ਸੋ ਇਹ ਦਾ ਵੀ ਹੋ ਗਿਆ ਆਲ ਦਾ ਆਲ ਆਫ ði ਜਾਂ ਆਲ ਦਾ ਹਬ ਹੈ ਨਾ ਥਰਡ ਕੁਐਸਚਨ ਆ ਵਾਟ ਇਜ਼ ਡਿਸਿਪਲਨ ਇਨ ਸਟੂਡੈਂਟਸ ਲਾਈਫ ਸਟੂਡੈਂਟ ਦੀ ਲਾਈਫ ਦੇ ਵਿੱਚ ਡਿਸਿਪਲਨ ਕੀ ਹੁੰਦਾ ਹੈ ਇਹ ਪਹਿਲੀ ਹੀ ਲੈਣ ਪਈ ਆ ਬੇਟਾ ਠੀਕ ਹੈ ਇੱਥੇ ਹੁਣ ਜੇ ਮੈਂ ਪੈਨ ਲੈਣੀ ਹੈ ਤਾਂ ਉਹ ਲੁਕ ਜਾਂਦਾ ਤੁਸੀਂ ਲਿਖ ਲੈਣੀ ਹੈ ਪਹਿਲੀ ਡਿਸਿਪਲਨ ਇਨ ਸਟੂਡੈਂਟ ਲਾਈਫ ਇਜ਼ ਏਨ ਆਰਟ ਆਫ ਅਵੇਇੰਗ ਸਰਟਨ ਸੈਟਸ ਆਫ ਰੂਲਸ ਥੈਟ ਹੈਲਪ ਅਸ ਟੂ ਲਿਵ ਆ ਲਾਈਫ ਆਫ ਆਰਡਰ ਸੋ ਆਰਡਰ ਤੱਕ ਇਹ ਪਹਿਲੇ ਦਾ ਆਨਸਰ ਹੈ ਬੇਟਾ ਠੀਕ ਹੈ ਸੋ ਚਲੋ ਜੀ ਇਹ ਹੋ ਗਿਆ ਫਸਟ ਦਾ ਆਨਸਰ ਹਨਾ ਥਰਡ ਦਾ ਸੌਰੀ ਥਰਡ ਕੁਐਸਚਨ ਦਾ ਹੁਣ ਆਪਾਂ ਫੋਰਥ ਕੁਐਸਚਨ ਦੇਖਦੇ ਹਾਂ ਵਟ ਸ਼ੁਡ ਵਨ ਨਾਟ ਡੂ ਇਨ ਇਨ ਆਰਡਰ ਟੂ ਬੀ ਸਕਸੈਸਫੁਲ ਸਕਸੈਸਫੁਲ ਬਣਨ ਲਈ ਸਾਨੂੰ ਕੀ ਨਹੀਂ ਕਰਨਾ ਚਾਹੀਦਾ ਇਹ ਪੁੱਛਿਆ ਗਿਆ ਚੌਥੇ ਦਾ ਆਨਸਰ ਹੁਣ ਫਿਰ ਸਾਨੂੰ ਪੈਰੇ ਤੇ ਜਾਣਾ ਪੈਣਾ ਦੇਖੋ ਪੈਰਾ ਦੇਖੋ ਕੀ ਨਹੀਂ ਕਰਨਾ ਚਾਹੀਦਾ ਹਨਾ ਸੋ ਇਹਦਾ ਆਨਸਰ ਪਿਆ ਹੈਂਡ ਤੇ ਜਾ ਕੇ ਪੈਨ ਲੈ ਲਿਏ ਆਪਿਆ ਇਫ ਯੂ ਵੇਸ਼ ਟੂ ਬੀ ਸਕਸੈਸਫੁਲ ਜੇ ਤੁਸੀਂ ਸਕਸੈਸਫੁਲ ਹੋਣਾ ਚਾਹੁੰਦੇ ਹੋ ਤੇ ਫਿਰ ਨੈਵਰ ਅੰਡਰ ਐਸਟੀਮੇਟ ਦਾ ਇੰਪੋਰਟੈਂਸ ਆਫ ਡਿਸਿਪਲਨ ਐਂਡ ਹਾਰਡ ਵਰਕ ਐਸ ðiਸ ਵਰਚੈਸ ਵਿਲ ਕੀਪ ਯੂ ਅਹੈਡ ਆਫ ਅਦਰਸ ਇਥੇ ਤੱਕ ਜਦੋਂ ਅਸੀਂ ਕੋਈ ਵੀ ਸੈਂਟੈਂਸ ਲਿਖਦੇ ਹਾਂ ਬੇਟਾ ਉੱਥੋਂ ਸਟਾਰਟ ਹੋ ਗਿਆ ਜਿੱਥੇ ਫੁੱਲ ਸਟਾਪ ਆਉਂਦਾ ਉੱਥੇ ਤੱਕ ਤੁਸੀਂ ਉਹਨੂੰ ਸਾਰਾ ਸੈਂਟੈਂਸ ਲਿਖਣਾ ਤਾਂ ਉਹਦੀ ਜਿਹੜੀ ਇਹ ਗੱਲ ਕਲੀਅਰ ਹੋਊਗੀ ਇਹ ਹੋ ਗਿਆ ਫੋਰਥ ਕੁਐਸਚਨ ਕੁਐਸਚਨ ਨੰਬਰ 5 ਇਹ ਬਲੈਂਕਸ ਆ ਪੈਰੇ ਦੇ ਵਿੱਚੋਂ ਅਸੀਂ ਸੂਟੇਬਲ ਵਰਡ ਭਰਨਾਗਾ ਦੋਜ਼ ਹੂ ਆਬਜ਼ਰਵ ਸਟ੍ਰਿਕਟ ਡੈਸ਼ ਆਲਵੇਜ਼ ਸਕਸੀਡ ਇਨ ਲਾਈਫ ਹੁਣ ਇਹਦੇ ਵਿੱਚ ਜਿਹੜੇ ਕਹਿੰਦਾ ਸਟ੍ਰਿਕਟ ਕੋਈ ਰੂਲ ਫਾਲੋ ਕਰਦੇ ਆ ਡਿਸਪਲਨ ਫਾਲੋ ਕਰਦੇ ਆ ਰੂਟੀਨ ਫਾਲੋ ਕਰਦੇ ਆ ਉਹ ਹਮੇਸ਼ਾ ਜ਼ਿੰਦਗੀ ਦੇ ਵਿੱਚ ਸਫਲ ਹੁੰਦੇ ਆ ਸੋ ਇੱਥੇ ਸਾਡੇ ਕੋਲੇ ਡਿਸਪਲਨ ਵਰਡ ਵੀ ਹੈਗਾ ਪੈਰੇ ਦੇ ਵਿੱਚ ਇੱਥੇ ਤੁਸੀਂ ਡਿਸਪਲਨ ਵੀ ਭਰ ਸਕਦੇ ਹੋ ਰੂਟੀਨ ਵੀ ਭਰ ਸਕਦੇ ਹੋ ਠੀਕ ਹੈ ਦੋਨੋਂ ਵਰਡਸ ਜੋ ਜਿਹੜਾ ਮਰਜੀ ਤੁਸੀਂ ਭਰ ਲਓ ਆਨਸਰ ਸਹੀ ਹੋਊਗਾ ਉਸ ਤੋਂ ਬਾਅਦ ਆ ਗਿਆ ਮੈਚ ਕਰਨਾ ਕੰਡਕਟ ਕੀ ਹੁੰਦਾ ਬਿਹੇਵੀਅਰ ਹੁੰਦਾਗਾ ਸੋ ਕੰਡਕਟ ਕਿਹਦੇ ਨਾਲ ਮਿਲੂਗਾ ਬਿਹੇਵੀਅਰ ਨਾਲ ਸਟ੍ਰਿਕਟ ਫਾਰਮ ਠੀਕ ਹੈ ਸੋ ਇਹ ਹੋ ਗਿਆ ਤੁਹਾਡਾ ਸੈਕੰਡ 55 ਜਿਆ ਪੈਰਾਗ੍ਰਾਫ ਠੀਕ ਹੈ ਪੈਸੇਜਸ ओके ਹੁਣ 3 ਪੈਸਸ ਵਾਲ ਚੱਲ ਰਹੇ ਆਂ ਅਸੀਂ ਇਹ ਹੈਗਾ ਦਾ ਮਾਡਰਨ ਵਰਡ ਇਜ਼ ਪਾਵਰ ਹੰਗਰੀ ਐਵਰੀ ਬਿਗ ਨੇਸ਼ਨ ਸਟ੍ਰਾਈਵਸ ਟੂ ਬੀ ਅ ਵਰਲਡ ਪਾਵਰ ਇਹ ਵਰਲਡ ਪਾਵਰ ਬਾਰੇ ਵੀ ਹਰ ਦੇਸ਼ ਦਾ ਜਿਹੜਾ ਸੰਸਾਰ ਦਾ ਕੀ ਬਣਨਾ ਚਾਹੁੰਦਾ ਵਰਲਡ ਪਾਵਰ ਬਣਨਾ ਚਾਹੁੰਦਾ ਹੁਣ ਆਪਾਂ ਇਹਦੇ ਕੁਐਸਚਨਸ ਦੇਖਦੇ ਆਂ ਹਾਂਜੀ ਕੁਐਸਚਨ ਨੰਬਰ 1 ਦੇਖੋ ਕੀ ਆ ਨਿਊਕਲੀਅਰ ਪਾਵਰ ਪਲੈਂਟ ਹੈਵ ਇਨ ਨੰਬਰ ਓਵਰ ਦਾ ਯੀਅਰਸ ਕੀ ਹੋਏ ਨੇ ਨਿਊਕਲੀਅਰ ਪਾਵਰ ਪਲਾਂਟ ਕਹਿੰਦੇ ਫਾਲਨ ਘਟੇ ਨਹੀਂ ਸਟੈਬਲਿਸ਼ਡ ਹੋਏ ਨੇ ਕ੍ਰੀਏਟਡ ਹੋਏ ਨੇ ਰਾਈਜ਼ਨ ਹੋਏ ਨੇ ਜਾਂ ਵਧੇ ਨਹੀਂ ਸੋ ਹੁਣ ਇਹਦਾ ਜਦੋਂ ਅਸੀਂ ਆਨਸਰ ਦੇਖਾਂਗੇ ਤਾਂ ਫਿਰ ਗਿਵ ਰਾਈਜ਼ ਸੈਕੰਡ ਲਾਈਨ ਦੇ ਵਿੱਚ ਪਿਆ ਹੈ ਨਾ ਤੇ ਉਸ ਤੋਂ ਇਲਾਵਾ ਦੇਖੋ ਫਿਰ ਰਾਈਜ਼ਨ ਨੰਬਰ ਆਫ ਓਵਰ ਯੀਅਰਸ ਆ ਰਿਹਾਗਾ ਦੇਖੋ ਰਾਈਜ਼ ਦੀ ਗੱਲ ਹੋ ਰਹੀ ਆ ਰਾਈਜ਼ਨ ਆ ਆ ਵਾਲੀ ਲਾਈਨ ਚ ਵੀ ਨਿਊਕਲੀਅਰ ਪਾਵਰ ਪਲਾਂਟ ਹੈਵ ਰਾਈਜ਼ਨ ਸੋ ਫਿਰ ਇਹਦਾ ਕੀ ਆਨਸਰ ਆਊਗਾ ਬੇਟਾ C Mhm. Mm ਇਹਦਾ C ਆਨਸਰ ਆ ਗਿਆ। ਠੀਕ। ਨਿਊਕਲੀਅਰ ਰਿਐਕਸ਼ਨ ਆਰ ਆਫ ਟੂ ਟਾਈਪਸ ਨੇਮਲੀ ਦੋ ਤਰ੍ਹਾਂ ਦੇ ਹੁੰਦੇ ਨੇ ਨਿਊਕਲੀਅਰ ਰਿਐਕਸ਼ਨਸ ਕਿਹੜੇ-ਕਿਹੜੇ ਨੇ ਚਾਰ ਸਾਡੇ ਕੋਲ ਆਪਸ਼ਨਲਸ ਦਿੱਤੀਆਂ ਹੋਈਆਂ ਨੇ ਇਹਦੇ ਵਿੱਚ ਅਸੀਂ ਭਾਈ ਦੇਖੀਏ ਜੇ ਉੱਪਰ ਪਹਿਲੀ ਆਹ ਆਪ ਐਸੇ ਪੇਜ ਦੇ ਉੱਤੇ ਨਿਊਕਲੀਅਰ ਫਿਊਜ਼ਨ ਐਂਡ ਫਿਜ਼ਨ ਐਂਡ ਫਿਊਜ਼ਨ ਸੋ ਇਹਦਾ ਆਨਸਰ ਬੇਟਾ A ਆ। ਪਹਿਲੀ ਲੈਂਚੀ ਪਿਆ ਸਾਨੂੰ ਇਹਦਾ ਆਨਸਰ 10 ਲੈ ਲਿਏ ਤੁਸੀਂ ਲਗਾਈਓ ਟੈਕ ਇਹਦਾ ਆਨਸਰ ਆ ਸੈਕਿੰਡ ਦਾ ਏ 3rd ਕੁਐਸਚਨ ਵੀ ਯੂਜ਼ ਨਿਊਕਲੀਅਰ ਫਿਜ਼ਨ ਟੂ ਡੈਸ਼ ਫਰੋਮ ਆ ਨਿਊਕਲੀਅਰ ਰੀਐਕਟਰਸ ਕੀ ਕਰਨ ਲਈ ਕਰਦੇ ਆ ਹੁਣ ਦੇਖੋ ਸਾਡੇ ਕੋਲ ਇੱਥੇ ਵੀ ਕਹਿੰਨੇ ਚਾਰ ਆਪਸ਼ਨਾਂ ਨੇ ਕਿਹੜਾ ਤੁਹਾਡੇ ਅਕੋਰਡਿੰਗ ਜਨਰੇਟ ਪਾਵਰ ਠੀਕ ਆ ਇਹਦਾ 3rd ਆਨਸਰ ਆ ਜਨਰੇਟ ਪਾਵਰ so the energy released from the nuclear reaction is in the form of ਜਿਹੜੀ એનર્ਜੀ ਰਿਲੀਜ਼ ਕੀਤੀ ਜਾਂਦੀ ਹੈ ਕਿਹੜੀ ਫਾਰਮ ਦੇ ਵਿੱਚ ਰਿਲੀਜ਼ ਕੀਤੀ ਜਾਂਦੀ ਆ ਉਹ ਹੈਗੀ ਬੇਟਾ ਹੀਟ ਹੀਟ ਦੇ ਫਾਰਮ ਦੇ ਵਿੱਚ ਕੀਤੀ ਜਾਂਦੀ ਆ ਦਾ this heat emitted from the ਇਹ ਜਿਹੜੀ ਹੀਟ ਆ ਕਿੱਥੋਂ ਨਿਕਲਦੀ ਆ ਜਦੋਂ ਰਿਐਕਸ਼ਨਸ ਹੁੰਦੇ ਨੇ ਹਨਾ ਉਹਨਾਂ ਚੋਂ ਨਿਕਲਦੀ ਆ ਜਦੋਂ ਨਿਊਕਲੀਅਰ ਰਿਐਕਸ਼ਨ ਹੁੰਦੇ ਨੇ so ਇਹਦਾ ਆਨਸਰ ਆ d 6th question is this heat emitted from the reactions is used to turn into superheated steam hun ede vich sanu options the family energy relaxation and latent carrier utthe hun ton mai itthe water kyon likhya hoya oh dikha rahi ha vi utthe water likhya hoya but itthe jaake inanne sanu oh option ditti nahi hai gi beta hm ਸੋ ਆ ਦੇ ਫਾਰਮ ਆਫ ਹੀਟ ਜਿਹੜਾ ਪਸਟਲੀ ਹੀਟ ਟਿਕ ਕੀਤਾ ਰਿਐਕਸ਼ਨ ਟਰਨ ਆ ਹੁਣ ਅਗਲੀ ਲੈਣ ਨੂੰ ਤੁਸੀਂ ਧਿਆਨ ਨਾ ਪੜੋਗੇ ਮੀਟਰਡ ਵਾਲੀ ਨੂੰ ਟਰਨ ਵਾਟਰ ਲਿਖਿਆ ਹੋਇਆ ਉੱਥੇ ਸਾਨੂੰ ਵਾਟਰ ਆਪਸ਼ਨ ਦਿੱਤਾ ਨਹੀਂ ਹੋਇਆ ਬੇਟਾ ਬਟ ਤੁਸੀਂ ਜਦੋਂ ਇਹਦਾ ਆਨਸਰ ਲਿਖੋ ਤੁਸੀਂ ਵਾਟਰ ਹੀ ਲਿਖਣਾਗਾ ਸੋ ਚਲੋ ਜੀ ਹੁਣ ਇਹ ਵੀ ਹੋ ਗਿਆ ਇਹਦਾ ਆਨਸਰ ਤੁਹਾਨੂੰ ਪਤਾ ਲੱਗ ਗਿਆ ਇਹਦਾ ਆਨਸਰ ਆ ਵਾਟਰ ਹਾਂਜੀ ਹੁਣ ਇਹਦਾ 7th ਕੁਐਸਚਨ ਦੇਖੋ ਨੇਮ ਟੂ ਟਾਈਪ ਆਫ ਨਿਊਕਲੀਅਰ ਰਿਐਕਸ਼ਨਸ ਨਿਊਕਲੀਅਰ ਰਿਐਕਸ਼ਨ ਕਿਹੜੇ ਤਰ੍ਹਾਂ ਦੇ ਨੇ ਦੋ ਉੱਪਰ ਆਪਾਂ ਜਿਹੜੇ ਆਨਸਰ ਦੇ ਵਿੱਚ ਆਪਸ਼ਨ ਦੇ ਵਿੱਚ ਕਰਕੇ ਗਿਆ ਸੇਮ ਯਾਨੀ ਨਿਊਕਲੀਅਰ ਫਿਜ਼ਨ ਐਂਡ ਫਿਊਜ਼ਨ ਹੈ ਨਾ ਉਹ ਇੱਥੇ ਲਿਖਿਆ ਹੋਇਆ ਸੈਕੰਡ ਕੁਐਸਚਨ ਦਾ ਜਿਹੜਾ ਆਨਸਰ ਹੈ ਨਾ ਇਹ ਵਾਲਾ ਬਟਾ ਇਹ ਸੱਤਵੇਂ ਦਾ ਵੀ ਇਹੀ ਆਨਸਰ ਹੈ ਇਹ ਲਿਖਿਆ ਹੋਇਆ ਨਾ ਇਹ ਸੱਤਵੇਂ ਦਾ ਵੀ ਇਹੀ ਆਨਸਰ ਹੈ ਇਹ ਇਸੇ ਪੈਰੇ ਦੇ ਉੱਪਰ ਪਹਿਲੀ ਹੀ ਲਾਈਨ ਦੇ ਵਿੱਚ ਲਿਖਿਆ ਹੋਇਆ ਨਿਊਕਲੀਅਰ ਫਿਜ਼ਨ ਐਂਡ ਫਿਊਜ਼ਨ ਠੀਕ ਹੈ ਸੋ ਇਹ ਸੈਵਨਥ ਦਾ ਆਨਸਰ ਵੀ ਇਹੀ ਹੈ ਬਟਾ ਇਹਨੂੰ ਤੁਸੀਂ ਸੈਵੰਥ ਵੀ ਮਾਰਕ ਕਰ ਸਕਦੇ ਹੋ ਵੀ ਇਹ ਸੈਵੰਥ ਵੀ ਹੈ ਚਲੋ ਹੁਣ ਆਪਾਂ ਚੱਲਦੇ ਹਾਂ 8th ਕੁਐਸਚਨ ਵੱਲ ਵਾਟ ਡਜ਼ ਦਾ ਜਨਰੇਟਰ ਡੂ ਵੈਨ ਦਾ ਟਰਬਾਈਨ ਸਪਿਨਸ ਜਨਰੇਟਰ ਕੀ ਕਰਦਾ ਜਦੋਂ ਟਰਬਾਈਨ ਸਪਿਨ ਕਰਦੀਆਂ ਨੇ ਬੇਟਾ ਸੋ ਇਹਦਾ ਆਨਸਰ ਦੇਖਣ ਲਈ ਫਿਰ ਪਹਿਰੇ ਕੱਲੀ ਜਾਂ ਨਾ ਚਲੋ ਜੀ ਐਂਡ ਵਾਲੀਆਂ ਲਾਈਨਾਂ ਨੇ ਦਿਸ ਟੀਮ ਇਜ਼ ਦੈਨ ਯੂਜ਼ ਟੂ ਟਰਨ ਆ ਟਰਬਾਈਨ ਵਿਚ is connected to the generator as that rewind spins the generator begins to produce energy so last those two sentences likhni ne beta da ans ithon de chakna ye sara itthe tak aju energy tak athwa number hai athwe da uttar hai beta theek hai lo ji hun apna ninth wal is nuclear energy a need of the are ki ye kehnda nuclear energy aj de samay di is samay di zarurat aa ਹਾਂਜੀ ਜ਼ਰੂਰ ਤਾਂ ਸੋਫਰੇ ਦਾ ਟਰੂ ਫਾਲਸ ਦਾ ਅਨਸਰ ਪੁੱਛਿਆ ਜੇ ਟਰੂ ਕਰ ਦਾਂਗੇ ਅਸੀਂ 10th ਕੁਐਸਚਨ ਹੈ ਗਿਵ ਵਨ ਬੈਨੀਫਿਟ ਆਫ ਨਿਊਕਲੀਅਰ એનર્ਜੀ ਨਿਊਕਲੀਅਰ એનર્ਜੀ ਦਾ ਇੱਕ ਐਡਵਾਂਟੇਜ ਦੱਸੋ ਸਾਨੂੰ ਕੀ ਆ ਕੀ ਐਡਵਾਂਟੇਜ ਆ ਦੇਖੋ ਪੈਰਾ ਦੇ ਵਿੱਚ ਇਹ ਫਰਸਟ ਵਾਲੇ ਹਿੱਸੇ 'ਚ ਆ ਗਿਆ ਪੈਨ ਲੈ ਲਮਾ ਮੈਂ ਇੱਥੇ ਤੁਹਾਨੂੰ ਦੇਖੋ ਉਹਨਾਂ ਨੇ ਕੀ ਕਿਹਾਗਾ ਬੇਟਾ ਕਰੰਟਲੀ ਇਥੋਂ ਚੱਕੋ ਦੇਖੋ ਕਰੰਟਲੀ ਕਹਿੰਦਾ ਮੋਰ ਥੈਨ 40 14% ਆਫ ਦਾ ਵਰਲਡ ਇਲੈਕਟ੍ਰਿਸਿਟੀ ਕਮਸ ਫਰਮ ਨਿਊਕਲੀਅਰ ਪਾਵਰ ਪਲਾਂਟਸ 14% ਬਿਜਲੀ ਆ ਜਿਹੜੀ ਉਹ ਕਿੱਥੋਂ ਇਲੈਕਟ੍ਰਿਸਿਟੀ ਕਿੱਥੋਂ ਬਣਦੀ ਨਿਊਕਲੀਅਰ ਪਾਵਰ ਪਲਾਂਟ ਤੋਂ ਬਣਦੀ ਇਹ ਵੀ ਐਡਵਾਂਟੇਜ ਆ ਅਗਰ ਨਿਕਲੀਅਰ ਪਾਵਰ ਪਲਾਂਟ ਨਹੀਂ ਹੋਣਗੇ ਤਾਂ ਫਿਰ ਬਿਜਲੀ ਕਿੱਥੋਂ ਬਣੂਗੀ ਹੈਨਾ ਫਿਰ ਉਦੋਂ ਬਾਅਦ ਉਹਨਾਂ ਨੇ ਗੱਲ ਕੀਤੀ ਆ ਵੀ ਇਹਨੇ ਇਹਨਾਂ ਪਾਵਰ ਪਲਾਂਟ ਨੇ ਯੂ ਐਸ ਏ ਦੇ ਵਿੱਚ ਅਲੋਨ ਇੰਨੀ ਐਨਰਜੀ 8 07.807 0.1 ਬਿਲੀਅਨ ਕਿਲੋਵਾਟ એનર્ਜੀ ਹੈ ਜਿਹੜੀ ਪ੍ਰੋਡਿਊਸ ਕੀਤੀ ਹੈ ਜਾਂ 20% ਆਫ ਦਾ ਨੇਸ਼ਨਸ ਇਲੈਕਟ੍ਰਿਸਿਟੀ ਜਿਹੜੀ 20% ਆ ਇੱਕ ਦੇਸ਼ ਦੀ ਉਸ ਦੇਸ਼ ਦੀ ਇਲੈਕਟ੍ਰਿਸਿਟੀ ਦਾ ਸੋ ਇਹ ਐਡਵਾਂਟੇਜ ਆ ਚਾਹੇ ਤੁਸੀਂ ਕਰੰਟਲੀ ਵਾਲਾ ਪਹਿਲਾ ਪਲਾਂਟਸ ਤੱਕ ਲਿਖ ਦਿਓ ਚਾਹੇ ਤੁਸੀਂ ਇਹ ਸਾਰੀਆਂ ਲਾਈਨਾਂ ਲਿਖ ਦਿਓ ਠੀਕ ਹੈ ਸੋ ਇਹ ਹੋ ਗਿਆ ਤੁਹਾਡਾ 10th ਵਨ ਦਾ ਆਨਸਰ ਓਕੇ ਲਓ ਜੀ ਹੁਣ ਇਹ ਪੈਰਾ ਵੀ ਹੋ ਗਿਆ ਸੋਲਵ ਹੁਣ ਅਗਲਾ ਪੈਸੇਸ ਇਹ ਹੁਣ ਜਿਹੜਾ ਅਗਲਾ ਪੈਸੇਜ ਦਾ ਬੇਟਾ ਇਹ ਹੈਗਾ ਪੇਜ ਨੰਬਰ 18 ਤੇ ਤੁਹਾਡੀ ਦੀ ਜਿਹੜੀ ਵਰਕ ਬੁੱਕ ਹੈ ਠੀਕ ਹੈ ਪ੍ਰੈਜੈਂਟ ਸਪੀਚ ਵਾਲੇ ਲਾਸਨ ਦਾ ਸੈਕੰਡ ਪੈਸੇਜ ਆ ਵੀ نو ਦੈਟ ਨਾਟ ਆਲ ਪੀਪਲ ਆਰ ਓਨੈਸਟ ਐਂਡ ਨਾਟ ਆਲ ਆਰ ਡਿਸਓਨੈਸਟ ਇੱਥੇ ਗੱਲ ਹੋ ਰਹੀ ਹੈ ਸਾਰੇ ਲੋਕ ਇਮਾਨਦਾਰ ਵੀ ਨਹੀਂ ਤੇ ਬੇਈਮਾਨ ਵੀ ਨਹੀਂ ਇਹ ਪੈਰਾ ਵੀ ਸਿੰਪਲ ਪੇਪਰ ਦੇ ਵਿੱਚ ਆਇਆ ਹੋਇਆ ਹੈ ਬੇਟਾ ਸੋ ਇਹ ਸਾਰਾ ਪੈਰਾ ਹੋਨੇਸਟ অর ਡਿਸਹੋਨੇਸਟ ਪੀਪਲਸ ਦੇ ਬਾਰੇ ਦੇ ਵਿੱਚ ਚਲੋ ਹੁਣ ਆਪਾਂ ਇਹਦੇ ਕੁਐਸਚਨਸ ਦੇਖਦੇ ਹਾਂ ਪੀਪਲ ਡੋਂਟ ਕੇਅਰ ਅਬਾਊਟ ਇਹਨ ਟੂਡੇਸ ਸਲਫਿਸ਼ ਵਰਡ ਕਿਹੜੀ ਚੀਜ਼ ਦੀ ਉਹ ਪ੍ਰਵਾਹ ਨਹੀਂ ਕਰਦੇ ਲੋਕ ਅੱਜ ਦੇ ਟਾਈਮ 'ਚ ਤੁਹਾਨੂੰ ਹੁਣੇ ਹੀ ਦੱਸਿਆ ਵੀ ਪਹਿਰਾ ਕਾਦੇ ਬਾਰੇ ਓਨੈਸਟੀ ਔਰ ਡਿਸਓਨੈਸਟੀ ਬਾਰੇ ਆ ਠੀਕ ਹੁਣ ਆਪਾਂ ਦੇਖੋ ਪਹਿਲੇ ਹੀ ਉਹਦੇ ਵਿੱਚ ਤੁਹਾਨੂੰ ਮਿਲ ਜੂ ਇਹਦਾ ਆਨਸਰ ਇਹ ਆਪਿਆ ਪੀਪਲ ਡੋਂਟ ਕੇਅਰ ਅਬਾਊਟ ਓਨੈਸਟੀ ਐਂਡ ਟਰੂਥਫੁਲਨੈਸ ਸੋ ਇਹਦਾ ਆਨਸਰ ਕੀ ਹੋ ਗਿਆ ਬੀ ਬੈਨ ਬੈਨ ਨਾ ਭਾਈ ਬੀ ਆਨਸਰ ਹੋ ਗਿਆ ਸੈਕੰਡ ਡਿਸਆਨੈਸਟੀ ਕ੍ਰੀਏਟ ਕੀ ਕ੍ਰੀਏਟ ਕਰਦੀ ਹੈ ਡਿਸਆਨੈਸਟੀ ਹੂੰ ਦੇਖੋ ਫਿਰ ਇਹਦਾ ਕੀ ਆਨਸਰ ਹੋ ਸਕਦਾ ਤੁਹਾਡੇ ਅਕੋਰਡਿੰਗ ਪ੍ਰੋਬਲਮਸ ਕ੍ਰੀਏਟ ਕਰਦੀ ਹੈ ਦੇਖੋ ਉੱਥੇ ਹੈਗਾ ਪ੍ਰੋਬਲਮਸ ਕ੍ਰੀਏਟ ਡਿਸਆਨੈਸਟੀ ਕ੍ਰੀਏਟ ਪ੍ਰੋਬਲਮਸ ਜਿਹੜੀ ਲਾਈਨ ਦੇ ਵਿੱਚ ਟਿਕ ਕੀਤਾ ਸੇਮ ਉਹਦੇ ਥੱਲੇ ਵਾਲੀ ਚ ਹੀ ਆ ਗਿਆ ਪ੍ਰੋਬਲਮਸ ਠੀਕ ਸੋ ਫਿਰ ਆਪਾਂ ਹੁਣ ਇੱਥੇ ਕੀ ਆਨਸਰ ਲਾਉਣਾ ਹੈ ਇਹਦਾ ਪ੍ਰੋਬਲਮਸ ਪਾਰਟ A ਇਹਦਾ ਆਨਸਰ ਆ ਸਕੈਣਾ ਦਾ ਹੋ ਗਿਆ ਹੁਣ 3rd ਕੁਐਸਚਨ what can help you become rich and popular according to this text ਸਿਰਫ ਇਸ ਪੈਰੇ ਨਾਲ ਰਿਲੇਟਡ ਗੱਲ ਹੋ ਰਹੀ ਆ ਇਸ ਪੈਰੇ ਦੇ ਅਕੋਰਡਿੰਗ ਹੈ ਨੇ ਕਿਹੜੀ ਚੀਜ਼ ਆ ਜਿਹੜੀ ਤੁਹਾਨੂੰ ਹੈਲਪ ਕਰਦੀ ਆ ਰਿਚ ਬਣਨ ਚ ਅਮੀਰ ਬਣਨ ਦੇ ਵਿੱਚ ਸੋ ਲਓ ਫਿਰ ਦੇਖੋ ਕਿੱਥੇ ਪੈਰੇ ਚ ਆ ਰਿਹਾਗਾ ਇਹ ਚੀਜ਼ ਹਮ ਹੁਣ ਪੈ ਆ ਜਿਹੜਾ ਪੈਰਾ ਹੈਗਾ ਇਸ ਪੈਰੇ ਦਾ ਸੈਕੰਡ ਪਾਰਟ ਪਹਿਲੀ ਲਾਈਨ ਪਈ ਹੈ ਇਟ ਮੇ ਬੀ ਟru ਦੈਟ ਥਿਸ ਔਨੈਸਟੀ ਕੈਨ ਹੈਲਪ ਟੂ ਮੇਕ ਯੂ ਰਿਚ ਇੱਥੇ ਕੀ ਕਹਿੰਦਾ ਡਿਸ ਔਨੈਸਟੀ ਆ ਜਿਹੜੀ ਉਹ ਤੁਹਾਨੂੰ ਹੈਲਪ ਕਰਦੀ ਹੈ ਰਿਚ ਹੋਣ ਦੇ ਵਿੱਚ ਐਂਡ ਗਿਵ ਯੂ ਅ ਸ਼ਾਰਟ ਲਿਵਡ ਸਕਸੈਸ ਬਹੁਤ ਥੋੜੇ ਸਮੇਂ ਦੇ ਵਿੱਚ ਤੁਹਾਨੂੰ ਸਕਸੈਸ ਦਿੰਦੀ ਹੈ ਸੋ ਇਹ ਆਨਸਰ ਕਿਹੜਾ ਹੈ ਬੇਟਾ ਹੁਣ 3rd ਦਾ ਆਨਸਰ ਹੈ ਹਾਂਜੀ ਲੋ ਆਪਾਂ ਇਹਨੂੰ ਮਾਰਕ ਕਰਦੇ ਹਾਂ ਹੁਣ ਕੁਐਸਚਨ ਨੂੰ ਇੱਥੋਂ ਤੇ ਸ਼ੁਰੂ ਹੋ ਕੇ ਇਹ ਥੋੜਾ ਸੌਖਾ ਹਸ ਤੱਕ ਜਾਊਗਾ ਇਹ ਹੋਗਾ ਥਰਡ ਦਾ ਆਨਸਰ ਬੇਟਾ ਠੀਕ ਹੈ ਲੋ ਜੀ ਹੁਣ ਆਪਾਂ ਚੱਲਦੇ ਆ ਫੋਰਥ ਕੁਐਸਚਨ ਵਨ ਥਰਡ ਦਾ ਆਨਸਰ ਪਤਾ ਲੱਗ ਗਿਆ ਫੋਰਥ ਕੁਐਸਚਨ ਆ ਵਾਈ ਆਰ ਪੀਪਲ ਡਿਸਆਨੈਸਟ ਲੋਕ ਨੇ ਜਿਹੜੇ ਉਹ ਡਿਸਆਨੈਸਟ ਕਿਉਂ ਨੇ ਹੈਨਾ ਇਹ ਵੀ ਹੁਣ ਸਾਨੂੰ ਦੇਖਣਾ ਪੈਣਾ ਪੈਰੇ ਚ ਜਾ ਕੇ ਇਸ ਤੋਂ ਅੱਗੇ ਗੱਲ ਹੋ ਰਹੀ ਹੈ ਇਹ ਲੋ ਜੀ ਦਾ ਰੀਜ਼ਨ ਵਾਈ ਪੀਪਲ ਆਰ ਡਿਸਆਨੈਸਟ ਇਜ਼ ਥੈਟ ਦੇ ਆਰ ਕਵਰ ਟੈਲਿੰਗ ਦਾ ਫੋਰਥ ਟੇਕ ਟੇਕਸ ਕਰੇਜ਼ ਕਰੇਜ਼ ਤੱਕ ਆਊਗਾ ਸੋ ਇਹ ਹੁਣ ਇੱਥੇ ਲਾਸਟ ਲਾਈਨ ਹੈ ਬੇਟਾ ਇੱਥੋਂ ਸਟਾਰਟ ਹੋ ਰਹੀ ਆ ਠੀਕ ਹੈ ਇੱਥੋਂ ਸਟਾਰਟ ਹੋ ਕੇ ਇਹ ਅੱਗੇ ਚੱਲੂਗੀ ਜਿੱਥੇ ਤੱਕ ਫੁੱਲ ਸਟਾਪ ਆਊ ਇਹ ਥੋੜਾ ਫੋਰਥ ਦਾ ਆਨਸਰ ਹੈ ਬੇਟਾ ਇੱਥੇ ਤੱਕ ਆਊ ਕਰੇਜ਼ ਤੱਕ ਠੀਕ ਹੈ ਸੋ ਇਹ ਹੋ ਗਿਆ ਥੋੜਾ ਫੋਰਥ ਕੁਐਸਚਨ ਫਿਫਥ ਕੁਐਸਚਨ ਦੇਖੋ ਭਗਤ ਸਿੰਘ ਵਾਸ ਆ ਮੈਨ ਆਫ ਹਿਸ ਵਰਡਸ ਵੀ ਲਿਖ ਸਕਦੇ ਆ ਤੁਸੀਂ ਆਪਦੇ ਸ਼ਬਦਾਂ ਤੇ ਦਾ ਪਬੰਦ ਸੀ ਭਗਤ ਸਿੰਘ ਜਾਂ ਫਿਰ ਇਸ ਪੈਰੇ ਦੇ ਵਿੱਚੋਂ ਵਰਡ ਆਪਾਂ ਪਰ ਇੱਥੇ ਇਹਨਾਂ ਨੇ ਮੈਂਸ਼ਨ ਨਹੀਂ ਕੀਤਾ ਕਿ ਇੱਥੇ ਇਸ ਪੈਰੇ ਦੇ ਵਿੱਚੋਂ ਹੀ ਨਹੀਂ ਤਾਂ ਆਮ ਲਿਖਿਆ ਹੁੰਦਾ ਇਸ ਪੈਰੇ 'ਚ ਸਿਰਫ ਇੱਕੋ ਹੀ ਵਰਡ ਸੂਟੇਬਲ ਲੱਗਿਆ ਮੈਨੂੰ ਉਹ ਹੈਗਾ ਕਰੇਜ ਸੋ ਚਾਹੇ ਤੁਸੀਂ ਕਰੇਜ ਲਿਖ ਲਓ ਜਾਂ ਹੈਜ਼ ਵਰਡਸ ਲਿਖ ਲਓ ਦੋਨੋਂ ਸਹੀ ਨੇ ਬਟਾ ਠੀਕ ਹੁਣ ਅੱਗੇ ਮੈਚ ਕਰਨਾ ਕੀ ਕਰਨਾ ਐਂਟੋਨਮਸ ਮੀਨਸ ਵਿਰੋਧੀ ਸ਼ਬਦ ਫਿਊਚਰ ਪਾਸ ਨਾਲ ਮਿਲ ਜੂਗਾ ਡਿਸਆਨੈਸਟੀ ਓਨੈਸਟੀ ਨਾਲ ਮਿਲ ਜੂਣੀ ਸੋ ਇਹ ਹੋ ਗਿਆ ਤੁਹਾਡਾ ਇਹ ਪਰ ਆ ਵੀ ਸੋਲਵ ਆਈ ਹੋਪ ਕਿ ਤੁਸੀਂ ਇਹ ਸੋਲਵ ਕੀਤੀ ਹੋਣਗੇ ਤੇ ਆਨਸਰਸ ਚੈੱਕ ਕਰ ਲਏ ਹੋਣੇ ਸਾਰੇ ਠੀਕ ਥੈਂਕਸ ਫॉर ਵਾਚਿੰਗ ਅਗਲੇ ਹੁਣ ਵੀਡੀਓ ਦੇ ਵਿੱਚ ਆਪਾਂ ਅਗਲੇ ਕੁਝ ਹੋਰ ਪਲੱਸ 2 ਦੀ ਕਲਾਸ ਪਲੱਸ 2 ਦੀ ਬਰਕ ਬੁੱਕ ਦੇ ਵਿੱਚੋਂ ਕੁਝ ਪੈਸੇਜਸ ਕਰਾਂਗੇ ਇਸੇ ਤਰੀਕੇ ਨਾਲ ਜਿੰਨੇ ਲੈਸਨ ਸਾਡੇ April ਤੋਂ ਲੈ ਕੇ July August ਤੱਕ ਹੈਗੇ ਸਿਲੇਬਸ ਦੇ ਉਹਨਾਂ ਦੇ ਸਾਰਿਆਂ ਦੇ ਪੈਰੇ ਮੈਂ ਸੋਲਵ ਕਰਕੇ ਪਾ ਦੇਵਾਂਗੇ ਵੀਡੀਓਜ਼ ਉਹ ਤੁਸੀਂ ਜ਼ਰੂਰ ਦੇਖ ਲੈਣੀਆਂ ਨੇ ਬੇਟਾ ਪੇਪਰ 'ਚ ਇਹਨਾਂ ਪੈਰਿਆਂ ਦੇ ਵਿੱਚੋਂ ਹੀ ਆਊਗਾ ਓਕੇ ਬਾਏ ਬਾਏ ਮਿਲਦੇ ਆ ਨੈਕਸਟ ਵੀਡੀਓ ਚ